ਸਾਲੇ ਦੀ ਗਰਮੀ ਵੀ ਬਹੁਤ ਹੈ, ਭੈਣ ਨੇ ਇਹਦਾ ਕੋਈ ਸ਼ਿਕਾਰ ਵੀ ਨਹੀਂ ਟੱਕਰਿਆ, ਅੱਜ ਮੋਢੇ ਦੁਖਣ ਲੱਗ ਗਏ। ਬੱਲੇ ਬੱਲੇ ਸਿਰ ਲੱਗ ਗਿਆ ਚਕਰਾਉਣ ਤੇ, ਗਰਮੀ ਆ ਬਾਲੀ, ਪਾਣੀ ਵੀ ਮੁੱਕ ਗਿਆ ਆਸੇ ਪਾਸੇ, ਕੋਈ ਰਹਿੰਦਾ ਵੀ ਨਹੀਂ, ਅਜੇ ਕੋਈ ਸ਼ਿਕਾਰ ਵੀ ਨਹੀਂ ਟੱਕਰਿਆ ਮੇਰੇ ਸਾਲੇ ਦਾ, ਪਿੰਡ ਵੀ ਦੂਰ ਆ। ਆਹ ਫਿਰਦਾ ਕੋਈ ਭਲਾ ਮਾਨਸ, ਉਹਦੇ ਕੋਲੇ ਜਾ ਕੇ ਦੇਖਦੇ ਹਾਂ, ਚੱਲ ਮਣਾ ਜੈ ਸੰਤ। ਮੁੜਕੋ ਮੁੜਕੀ ਹੋ ਗਏ ਬਾਬੇ, ਉਹਦੇ ਕੋਲੇ ਚੱਲਦੇ ਹਾਂ ਭਲੇ ਮਾਨਸ ਕੋਲੇ, ਰੱਬ ਦਾ ਜੀ ਅੱਜ ਤਾਂ ਠੱਗ ਕੇ ਲੈ ਕੇ ਆਵਾਂਗੇ, ਪੱਗੇ ਜੋਗੇ ਬਣ ਜਾਣ ਮੁੰਡੇ ਲਾ ਦੇ ਤੂੰ। ਦੇਖਦੇ ਹਾਂ ਆਈ ਜਾਊਗਾ ਹੱਥ ਢਾਹਾਂ, ਮਾੜੇ ਮੋਟੇ ਤਾਂ ਬੰਨ ਗਈ। ਵਾਹ ਬੱਚਾ ਜੈ ਸੰਤਾਂ ਦੀ, ਹੋਰ ਨਾਥੋਂ ਕੀ ਹਾਲ ਹੈ? ਆ ਠੀਕ ਆ ਬੱਚਾ, ਹੋਰ ਕਿਵੇਂ? ਦੀਂਦਾ ਘੱਟ ਆ ਕੇ ਆਜਾ, ਦੇ ਦੇਗੇ ਸੁਰਮਾ ਜੜੀ ਬੂਟੀ ਕੋਈ। ਬਾਬਾ ਦੀਂਦਾ ਕਾਹਨੂੰ ਘੱਟ ਹੈ, ਆ ਦੇਖ ਪਤੌਰਾ ਜਮਾ ਸਿਰ ਤੇ ਹੋਇਆ ਖੜਾ, ਪੁੜਪੜੀ ਦੀ ਸਿੱਧੇ ਸੇਧ ਨੂੰ, ਉਧਰੋਂ ਬਣੀ ਜਾਂਦਾ ਥੱਲੇ ਦੋ ਬਣੇ ਬੈਠੇ ਆ, ਦੇਖੂ ਕਿੱਥੋਂ ਆਜਾ। ਤੈਨੇ ਛਾਂ ਕਰ ਦੇਗੇ, ਮੈਂ ਕਹਿਣਾ ਦੇਖਣ ਲਾ ਦਿਆਂਗੇ, ਠੰਡ ਕਰ ਦਿਆਂਗੇ, ਬੱਦਲ ਬਰਸੂਗਾ, ਦੇਖੀ ਚੱਲੀ ਆਜਾ, ਇੱਧਰ ਆ ਮੇਰਾ ਬੱਚਾ ਤੈਨੂੰ ਦੇਗੇ ਜੜੀ ਬੂਟੀ। ਝੋਨੇ ਚੋਂ ਕੱਖ ਤਾਂ ਮਰਦੇ ਨੀ, ਚਲੋ ਸ਼ਾਮੇ ਚੱਲਦੇ ਆ, ਆਜੋ ਆਜੋ ਨਾਥੋ, ਸ਼ਾਮੇ ਬਿਠਾਉਣਾ ਤੁਹਾਨੂੰ ਮੈਂ, ਇੱਥੇ ਤਾਂ ਗਰਮੀ ਬਹੁਤ ਜ਼ਿਆਦੇ ਆ। ਪਾਣੀ ਪੂਣੀ ਹੈਗਾ? ਓ ਬਾਬਾ ਪਾਣੀ ਤਾਂ ਸਵੀਲਾ ਲੱਗਣਾ ਪੰਗਾ, ਇਹ ਦਿਨ ਮੈਂ ਮੋਟਰ ਤੇ ਲੈ ਕੇ ਚੱਲਦਾ। ਆ ਜਾ ਫਿਰ ਮੋਟਰ ਦਾ ਪਾਣੀ ਪੀ ਕੇ, ਮੈਨੂੰ ਲੱਗਦਾ ਸੁੰਗੜਿਆ ਪੈ ਤੂੰ ਵੀ। ਹੋਰ ਬਾਬਾ ਸੁੰਗੜਿਆ, ਬਾਬੂ ਬਾਬਾ ਕਬੀਲਦਾਰੀ ਮਾਰ ਗਈ, ਸੁੰਗੜਿਆ ਕਾਹਨੂੰ ਅਸੀਂ, ਮਰਿਆ ਜਾ ਲੱਗਦਾ ਤੇਰੇ ਤੇ ਬਾਹਲੀ ਭਾਰੀ ਲੱਗੀ। ਪੁੱਛਣਾ ਆਜੋ ਤੁਹਾਨੂੰ ਸੁਣਾਉਣਾ ਮੈਂ ਵਾਰਤਾਲਾਪ ਸੁਣੂ ਮੈਂ ਸਾਰੀ, ਆਜਾ ਬਹਿੰਦੇ ਆਪਾਂ ਸ਼ਾਮੇ, ਉਹ ਦੇਖ ਆਪਣੀ ਟਾਹਲੀ। ਓ ਬਾਬਾ ਚੱਲਦੇ ਹਾਂ ਆਪਾਂ ਟਾਹਲੀ ਕੋਲੇ ਬਹਿੰਦੇ ਹਾਂ ਜਾ ਕੇ। ਆ ਜਾ ਦਿੰਦੇ ਹਾਂ ਜੜੀ ਬੂਟੀ, ਆ ਜਾ ਆ ਜਾ, ਇੱਥੇ ਬੱਦਲ ਬਰਸਣਗੇ, ਤੇਰਾ ਸਿਰ ਮਖਾਂ ਆਏ ਲੱਗੂ ਜਿਵੇਂ ਨਵਰਾਤਨ ਤੇਲ ਲਾਇਆ ਹੋਇਆ। ਆ ਜਾ ਬਾਬਾ ਬਹਿੰਦੇ ਇੱਥੇ, ਇੱਥੇ ਹੀ ਬਹਿ ਜਾ ਬਾਬਾ। ਆਏ ਹਾਏ ਤਾਂ ਮੇਰੇ ਸਾਲੇ ਦੇ ਇੱਕ ਪੀੜ ਨਾ ਬਾਬਾ ਇਹਦਾ ਸਾਫ ਕਰਦਾ, ਗੰਦ ਪਾ ਜਾਂਦੇ ਆ ਇਹ। ਗੰਦ ਪਾਉਣਾ ਤਾਂ ਬੱਚਾ ਆਦਤ ਆ, ਇਨਸਾਨ ਸਭ ਤੋਂ ਵੱਧ ਗੰਦ ਪਾਉਂਦਾ, ਕੁੱਤਿਆਂ ਨੂੰ ਕੀ ਕਹਿਣਾ, ਇਨਸਾਨ ਵੀ ਇੱਥੇ ਕੁੱਤੇ ਹੋਏ ਫਿਰਦੇ ਆ। ਸਹੀ ਗੱਲ ਆ ਬਾਬਾ, ਥਕਾ ਤੇ ਬਾਬਾ ਅੱਜ ਦਾ ਕੰਮ ਨੇ। ਹੋਰ ਸੁਣਾਓ ਨਾਥੋਂ ਕੋਈ ਗੱਲਬਾਤ? ਕਿਵੇਂ ਮਿੱਟੀ ਨਾਲ ਮਿੱਟੀ ਹੋਇਆ ਫਿਰਦਾ, ਮੱਥੇ ਦੀ ਤਕਦੀਰ ਤੇਰੀ ਕੁਛ ਕਹਿੰਦੀ ਨਹੀਂ? ਅਸਾਂ ਬਾਬਾ ਤੈਨੂੰ ਆਪਦੇ ਦੁੱਖਾਂ ਦੀ ਕਹਾਣੀ, ਮੈਂ ਮੂੰਗੀ ਲਾਈ ਸੀ, ਮੂੰਗੀ ਨੇ ਨੀ ਪਾਰ ਲਾਏ ਤੇ ਨਰਮਾ ਸੁੰਡੀ ਖਾ ਗਈ ਬਾਬਾ, ਉਧਰੋਂ ਬਹਿਕਲ ਕਿਸ਼ਤਾਂ ਟੁੱਟ ਗਈਆਂ ਬਾਬਾ, ਮੇਰਾ ਜੀ ਕਰਦਾ ਮੈਂ ਸਲਫਾਸ ਖਾ ਜਾਊਂਗਾ। ਨਾ ਨਾ ਬੱਚਾ, ਮਰਨ ਦੀ ਨੀ ਸੋਚਦੇ ਹੁੰਦੇ ਉਹਦੇ, ਆ ਇੱਧਰ ਨੇੜੇ ਹੋ ਗਿਆ। ਓਹੋ ਬਾਬੇ ਮਾਰਨਗੇ ਮੰਤਰ ਤੈਨੂੰ ਇਹੋ ਜਿਹਾ ਦੇਣਗੇ ਯੰਤਰ। ਅੱਛਾ ਬਾਬਾ, ਮੈਂ ਖੁਸ਼ੀਆਂ ਆਉਣਗੀਆਂ ਖੇੜੇ, ਬਾਬੇ ਕਰਨਗੇ ਤੇਰੇ ਨਿਬੇੜੇ। ਬਾਕੀ ਦੱਸਾਂ, ਚਾਰ ਭੈਣਾਂ ਨੇ, ਦੋ ਦਾ ਵਿਆਹ ਕਰਕੇ ਹਟਿਆਂਗਾ, ਦੋ ਹਲੇ ਹੋਰ ਪਈਆਂ ਨੇ, ਮੈਂ ਤਾਂ ਪੁੱਛਣਾ ਬਾਬਾ ਜੀ, ਜਮ੍ਹਾਂ ਕਰਜ਼ੇ ਦੇ ਥੱਲੇ ਆ ਗਿਆ ਬਾਬਾ ਮੈਂ। ਇੱਕ ਪ੍ਰਾਹੁਣੇ ਨੇ ਮੋਟਰਸਾਈਕਲ ਮੰਗ ਲਿਆ, ਇੱਕ ਨੇ ਮੰਗ ਲਈ ਗੱਡੀ, ਹੈ ਬੈਂਕ ਦੀਆਂ ਕਿਸ਼ਤਾਂ ਵੀ ਟੁੱਟੀ ਜਾਂਦੀਆਂ, ਉਸ ਨੂੰ ਮੈਂ ਦੱਸ ਕੇ ਹਟਿਆ, ਮੇਰਾ ਨਿਵਾਰ ਕਰੋ ਬਾਬਾ ਜੀ, ਮੈਨੂੰ ਦਿਓ ਕੋਈ ਇਹ ਜਿਹੀ ਭੈੜੀ ਕਿਸਮਤ ਆ ਤੇਰੀ, ਬੜੀ ਭੈੜੀ ਕਿਸਮਤ ਆ। ਉਹ ਪੁੱਛਣਾ ਬਾਬਾ, ਦਬਿਆ ਤਾਂ ਤੂੰ ਅੱਗੇ ਪੈ, ਤੂੰ ਕਿੱਥੋਂ ਮੋਟਰ ਗੱਡੀਆਂ ਦੇ ਦੇ। ਕੋਈ ਨੀ ਮੇਰੀ ਗੱਲ ਸੁਣ, ਬਾਬੇ ਵੀ ਪਹਿਲਾਂ ਹੀ ਬਹੁਤ ਦੁਖੀ ਸੀ, ਬਾਬੇ ਜਮਾ ਨੰਗ ਸੀ, ਅਜਿਹਾ ਜੰਤਰ ਆਇਆ, ਅਜਿਹਾ ਜੰਤਰ ਆਇਆ, ਅੱਜ ਦੇਖ ਲਾ ਗੱਡੀਆਂ ਖੜੀਆਂ, ਮਾਰਿਆ ਪੁੱਤਾ ਕਾਸੇ ਦੀ ਘਾਟ ਨੀ, ਆ ਛਿੱਧੀਆਂ ਮੱਥੇ ਤੋਂ ਛਿੱਧੀਆਂ ਸਵਰਗਾਂ ਨੂੰ ਚਾਰ ਚਾਰ ਲਿਖਾਂ ਜਾਂਦੀਆਂ,
ਆ ਬੈਠ ਜਾਈਦਾ ਅੱਖਾਂ ਮੀਚ ਕੇ, ਸਿੱਧੀ ਰੱਬ ਨਾਲ ਬਿਰਤੀ ਲੱਗ ਜਾਈਦੀ ਆ। ਬਾਬਿਆਂ ਨੇ ਇਹੋ ਜਿਹੀ ਕਿਰਪਾ ਕੀਤੀ ਆ। ਮੇਰਾ ਵੀ ਕਰੋ ਬਾਬਾ ਜੀ ਕੋਈ ਨਿਵਾਰ, ਮੈਨੂੰ ਵੀ ਦਿਓ ਕੋਈ ਗਿੱਦੜ ਸਿੰਘ ਜੀ, ਮੇਰਾ ਹੀ ਪਵਾ ਦਿਓ ਸਲਮਾਨ ਖਾਨ ਦੀ ਕੋਠੀ ਨਾਲ ਦਾ ਘਰ ਬਾਬਾ। ਬੜਾ ਦੁਖਿਆ ਬੱਚਾ, ਕਰ ਤਾਂ ਦੇਗੇ ਪਰ ਆਇਆ ਵੀ ਥੋੜਾ ਤੇਰੇ ਬੱਸ ਦੀ ਗੱਲ ਨਹੀਂ ਹੈਗੀ। ਬੱਸ ਦੀ ਕਾਹਨੂੰ ਨਹੀਂ ਬਾਬਾ ਜੀ, ਮੈਂ ਜੋ ਕੁਛ ਮੰਗੋਗੇ ਮੈਂ ਤੁਹਾਡੀ ਦਕਸ਼ਨਾ ਦੇਊਂਗਾ ਮੈਨੂੰ ਬਾਬਾ ਜੀ। ਮੈਂ ਕਿਹਾ ਹੱਥ ਨਹੀਂ ਲਾਉਣਾ ਯੰਤਰੇ ਮੈਨੂੰ ਦੀਦੀ, ਕੀ ਚੀਜ਼ ਆ ਇਹ? ਨਾ 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 ਬੱਚਾ, ਇਹ ਤੇਰੇ ਬੱਸ ਦਾ ਰੋਗ ਨਹੀਂ। ਮੈਂ ਕਿਹਾ ਇਹ ਰਾਜੇ ਮਹਾਰਾਜੇ ਤੁਰ ਗਏ, ਗੱਲ ਕੀ ਕਰਦਾ ਤੂੰ? ਪਹਿਲੀ ਇਹ ਯੰਤਰ ਮੈਂ ਦੱਸਾਂ ਤੈਨੂੰ, ਇਹਦਾ ਕੀ ਫਾਇਦਾ? ਕੀ ਫਾਇਦਾ ਬਾਬਾ? ਮੈਂ ਕਿਹਾ ਪਹਿਲੀ ਵਾਰ ਰਗੜਿਆ। ਅੱਛਾ ਮੋਟਰਸਾਈਕਲ। ਅੱਛਾ ਬਾਬਾ। ਦੂਜੀ ਵਾਰ ਰਗੜਿਆ। ਅੱਛਾ ਗੱਡੀਆਂ। ਓ ਨੋ, ਚੜ੍ਹਦੀ ਤੋਂ ਚੜ੍ਹਦੀ, ਮਹਿੰਗੀ ਤੋਂ ਮਹਿੰਗੀ, ਕਾਲੇ ਰੰਗ। ਅੱਛਾ ਬਾਬਾ। ਤੀਜੀ ਵਾਰ ਰਗੜਿਆ। ਮੈਂ ਕਿਹਾ ਪੁੱਤਾਂ ਮਹਿਲ। ਅੱਛਾ ਬਾਬਾ। ਐਡਾ ਮਹਿਲ, ਐਡਾ ਮਹਿਲ, ਮੈਂ ਕਹਿਣਾ ਕਮਰੇ ਗਿਣਦਾ ਥੱਕ ਜੇ। ਓਹੋ ਅੱਛਾ ਬਾਬਾ ਯਾਰ। ਮੈਂ ਕਿਹਾ ਲੈ ਗੱਲ ਕੀ ਕਰਦਾ ਬਾਬਾ, ਫਿਰ ਤੁਰਿਆ ਤਾਂ ਤੂੰ ਆਇਆ ਫਿਰਦਾ ਜੇ, ਤੇਰੇ ਮਹਿਲ ਆ ਤੇਰੀਆਂ ਗੱਡੀਆਂ ਆ, ਤੇ ਕਾਹਤੋਂ ਤੁਰਿਆ ਫਿਰਦਾ ਫਿਰ ਤੂੰ? ਓ ਬੱਚਾ, ਇਹ ਤੁਹਾਡੇ ਬੱਸ ਦੀ ਗੱਲ ਨਹੀਂ, ਤੁਸੀਂ ਸਮਝ ਨਹੀਂ ਸਕਦੇ ਗੱਲਾਂ। ਕਿਉਂ ਨਹੀਂ ਸਮਝ ਸਕਦੇ ਬਾਬਾ ਜੀ? ਤੇਰੇ ਕੋਲੇ ਗੱਡੀਆਂ, ਮੈਨੂੰ ਕਾਸੇ ਦੀ ਘਾਟ ਨਹੀਂ ਹੈ। ਇੱਧਰ ਦੇ, ਮੱਥੇ ਦੀ ਤਕਦੀਰ ਸਿੱਧੀ ਰੱਬ ਨੇ ਮਾਰਿਆ ਪੁੱਤ, ਐਂ ਸਿੱਧੀਆਂ ਝਰੀਟਾਂ ਮਾਰਦੀਆਂ ਪੈਸਾ ਅਗਰੀ ਦਾ ਪੈਸਾ। ਜੇ ਬਾਬਾ ਇੰਨਾ ਪੈਸਾ ਫਿਰ ਹੈ ਕਾਹਤੋਂ ਤੁਰਿਆ ਫਿਰਦਾ ਤੂੰ? ਓ ਬੱਚਾ, ਤੇਰੇ ਨਾਲ ਮੇਲੇ ਹੋਣੇ ਸੀ, ਕਰਾਉਣ ਵਾਲਾ ਕੌਣ ਆ? ਆ ਪਰਮਾਤਮਾ, ਸਹੀ ਗੱਲ। ਤੇਰੇ ਭਲੇ ਵਾਸਤੇ ਆ ਗਿਆ ਮੈਂ, ਨਹੀਂ ਬਾਬੇ ਮਹਿਲਾ ਚੋਂ ਕਿੱਥੇ ਨਿਕਲਦੇ ਆ? ਇਹ ਤਾਂ ਤੇਰਾ ਭਲਾ ਕਰਨਾ ਸੀ, ਗਰੀਬ ਜਨਤਾ ਦਾ ਭਲਾ ਕਰਨਾ ਸੀ, ਰੱਬ ਦੇ ਜਾਇਆਂ ਦਾ, ਤਾਂ ਕਰਕੇ ਆ ਗਏ। ਨਹੀਂ ਇੱਥੇ ਬਾਬੇ ਮਹਿਲਾ ਚੋਂ ਨਹੀਂ ਨਿਕਲਦੇ, ਤੇਰੇ ਕਰਮਾਂ 'ਚ ਕਿੱਥੇ ਧਰੀ ਪਈ ਆ ਮਾਇਆ? ਉਹ ਤਾਂ ਗੱਲ ਠੀਕ ਆ, ਬਾਬਾ ਬਣ ਕੇ ਕਰੋ ਫਿਰ, ਕਿਵੇਂ ਆਊ ਮੇਰੇ ਕਰਮਾਂ 'ਚ ਮਾਇਆ? ਕਰੋ ਬਾਬਾ ਕੋਈ ਹੱਲ ਕਰੋ। ਤੇਰੇ ਕੋਲੇ ਕੀ ਹੈ, ਕੀ ਆ ਮਾਇਆ, ਕਿੰਨੀ ਕੁ ਤੇਰੇ ਕੋਲ? ਬਾਬਾ ਮੈਂ ਤਾਂ ਗਰੀਬ ਬੰਦਾ ਯਾਰ, ਮੇਰੇ ਕੋਲ ਤਾਂ ਆਹ ਹੋਣਗੇ ਬਾਬਾ 150 ਰੁਪਇਆ ਬਾਬਾ ਬਣ ਕੇ ਯਾਰ, ਹੋਰ ਤਾਂ ਹੈ ਨਹੀਂ ਗਰੀਬ ਕੋਲੇ। ਓ ਨਹੀਂ ਨਹੀਂ ਬੱਚਾ, 150 ਨਾ ਨਹੀਂ ਗੱਲ ਬਣਦੀ ਬੱਚਾ, ਇਹ ਤੇਰੇ ਬੱਸ ਦੀ ਗੱਲ ਨਹੀਂ, ਆ ਫੜ ਮੈਂ। ਓ ਬਾਬਾ ਕਿਉਂ ਗਰੀਬ ਤੇ ਖਾ ਲਾ ਤਰਸ ਯਾਰ, ਮੈਂ ਅੱਗੇ ਕਰਜ਼ੇ ਨਾ ਮਾਰਿਆ। ਓ ਬਾਬਾ ਇਹਦੀ ਕੀਮਤ ਬਹੁਤ ਹੈ, ਕਾਰੋਬਾਰ ਵੇਚ ਕੇ ਵੀ ਬੱਚਾ ਤੇਰੇ ਤੋਂ ਪੂਰੀ ਨਹੀਂ ਹੋਣੀ। ਚੱਲ ਬਾਬਾ। ਨਹੀਂ ਬੱਚਾ ਮੈਂ ਤੈਨੂੰ ਖੜ ਜਾ ਬਾਬਾ, ਫਿਰ ਗਰੀਬ ਕੋਲੇ ਹੋਰ ਕੁਛ ਨਹੀਂ ਯਾਰ, ਆ ਚੱਕ ਲੈ ਮੈਂ ਤੇਰੇ ਚਰਨਾਂ ਚ ਮੋਇਆ। ਓ ਨਹੀਂ ਬੱਚਾ, ਮੋਬਾਈਲਾਂ ਨਾਲ ਕਿੱਥੇ? ਐ ਨਹੀਂ ਬੱਚਾ, ਇਹਨਾਂ ਨਾਲ ਨਹੀਂ ਗੱਲ ਬਣਨੀ, ਤੂੰ ਬਾਬਿਆਂ ਨੂੰ ਜਾਣ ਲਿਆ। ਓ ਬਾਬਾ ਯਾਰ ਕਿਉਂ ਯਾਰ ਗਰੀਬ ਨੂੰ ਹੋਰ ਕਰੀ? ਬੱਚਾ ਮੈਂ ਤੈਨੂੰ ਆਖੀਏ ਮੈਂ ਨਹੀਂ ਗੱਲ ਬਣਨੀ। ਰਹਿ ਕਰ ਬਾਬਾ, ਬੱਚੇ ਦਾ ਖੜਾ ਪੈ ਰਿਹਾ ਤੂੰ ਬਾਬਾ, ਐ ਕਰ ਗਰੀਬ ਕੋਲੇ ਹੋਰ ਕੁਛ ਨਹੀਂ ਰਿਹਾ, ਗਰੀਬ ਕੋਲੇ ਵਿਚਾਰੀ ਇੱਕੀ ਆ ਸਾਈਕਲ ਰਹਿ ਗਈ ਆ, ਜੀ ਤੇ ਮੰਨਤ ਖੇਤ ਆਉਣਾ ਆਹੀ ਲੈ ਜਾ ਬਾਬਾ ਯਾਰ, ਹੋਰ ਤਾਂ ਹੈ ਨਹੀਂ ਕੁਛ ਯਾਰ। ਮੈਂ ਕਹਿਣਾ ਤੂੰ ਰਹਿਣ ਦੇ ਬੱਚਾ। ਬਾਬਾ ਯਾਰ ਨਾ ਕਰ ਯਾਰ, ਬਾਬਾ ਬਣਾ ਜਾ ਯਾਰ ਬੱਚਾ ਤੇਰੇ। ਮੈਂ ਕਹਿਣਾ ਚੱਲ ਬਹਿ ਜਾ, ਤੇਰੀ ਤਕਦੀਰ ਬਹੁਤ ਮਾੜੀ ਆ, ਮੈਂ ਤਾਂ ਗੱਲ ਮੰਨ ਲਈ, ਨਹੀਂ ਮੈਂ ਤੈਨੂੰ ਪਤਾ ਵੀ ਤੈਨੂੰ ਆਪ ਹੀ ਪਤਾ ਲੱਗਿਆ ਦਾ ਬਾਬਾ, ਚੀਜ਼ਾਂ ਦੀ ਕੀਮਤ ਬਹੁਤ ਵੱਧ। ਲੈ ਬਾਬਾ ਦਿਖਾ ਕੇ ਨਾ ਕੀ ਚੀਜ਼ ਆ, ਕੀ ਯੰਤਰ ਆ, ਕੀ ਮੰਤਰ ਆ ਬਾਬਾ। ਤੇ ਕੱਚੀ ਲੱਸੀ ਨਾਲ ਧੋ ਕੇ ਆਪਦਾ ਬੂਥਾ ਚੰਗੀ ਤਰ੍ਹਾਂ ਸਮਾਰ ਕੇ ਨਹਾ ਧੋ ਕੇ। ਅੱਛਾ ਬਾਬਾ। ਹਾਂ ਫਿਰ ਇਸਨੂੰ ਇਸਤੇਮਾਲ ਕਰ। ਧੰਨਵਾਦ ਨਾ ਬਾਬਾ ਜੀ, ਧੰਨਵਾਦ। ਇੱਕ ਦਿਨ ਚ ਇੱਕ ਚੀਜ਼ ਦੇਊਗਾ ਮੈਂ ਤੈਨੂੰ ਦੱਸਾਂ, ਰਗੜਨਾ ਇਸਨੂੰ ਇੱਥੋਂ, ਰਗੜਨਾ ਇੱਥੋਂ। ਅੱਛਾ ਬਾਬਾ ਜੀ। ਆਹ ਪਾਸੇ ਤੋਂ ਰਗੜਨਾ ਇਸਨੂੰ, ਇੱਥੋਂ ਦੀ ਚੀਜ਼ ਨਿਕਲੂਗੀ। ਅੱਛਾ ਜੀ। ਧੰਨੋ ਬਾਬਾ ਜੀ, ਮੇਰੀ ਤਕਦੀਰ ਬਦਲ ਦੇਣੀ ਹੈ। ਰੱਖੀ ਸਾਂਭ ਕੇ ਮੈਂ ਤੈਨੂੰ ਦੱਸਾਂ। ਠੀਕ ਆ ਨਾਥੋ, ਠੀਕ ਆ ਨਾਥੋ, ਧੰਨੋ ਹੋ ਗਿਆ ਤੁਹਾਡੇ ਦਰਸ਼ਨ ਕਰਕੇ ਨਾਥੋ, ਧੰਨਵਾਦ ਤੁਹਾਡਾ। ਧਿਆਨ ਨਾਲ ਰੱਖੀ ਮੈਂ ਤੈਨੂੰ ਦੱਸਾਂ।
ਇਹਦਾ ਦਿਨਾਂ 'ਚ ਅਮੀਰ ਹੋ ਜਾਏਗਾ। ਅੱਛਾ ਬਾਬਾ, ਇੱਕ ਦਿਨ 'ਚ ਇੱਕ ਵਾਰ ਮੰਗਣਾ ਮੈਂ ਤੈਨੂੰ ਦੱਸਾਂ। ਅੱਛਾ ਬਾਬਾ, ਕੱਚੀ ਲੱਸੀ ਨਾਲ ਧੋ ਕੇ। ਠੀਕ ਆ ਬਾਬਾ ਜੀ, ਬੁਰਜ ਖਲੀਫਾ ਬਣ ਜਾ ਮੀਤਾ ਤੇ ਹਰਦੇਵ, ਲੰਮੂ ਜੀਤ ਦਿਖਾ ਤੇਰੀ ਲੱਸੀ ਦਾ ਕਮਾਲ। ਚੰਗਾ ਠੀਕ ਆ ਬਾਬਾ ਜੀ, ਦੇਖੀ ਜਾਈ ਅਗਲੀ ਵਾਰ ਬਾਬੇ ਆਉਣਗੇ। ਬਾਬਿਆਂ ਨੂੰ ਭੁੱਲੀ ਨਾ, ਮੈਂ ਤੈਨੂੰ ਦੱਸਾਂ। ਨਹੀਂ ਭੁੱਲਦਾ ਬਾਬਾ ਜੀ, ਜਮਾ ਸੋਨੂੰ ਕਿਵੇਂ ਭੁੱਲੂ ਜੀ, ਜਦੋਂ ਮੈਂ ਅਮੀਰ ਬਣ ਗਿਆ ਫਿਰ ਵੀ ਤੁਹਾਡੀ ਫੋਟੋ ਐਡੀ ਲਾਉਣੀ ਆ ਬਾਬਾ ਜੀ ਮੈਂ। ਠੀਕ ਆ ਬਾਬਾ ਜੀ, ਨਾਥੋ ਚੰਗਾ ਚੰਗਾ ਜੀ। ਬਾਬੇ ਨੇ ਚੀਜ਼ ਦਿੱਤੀ ਵਾ, ਕੀ ਯਾਦ ਹੀ ਕਰੇਗਾ ਬਾਬਿਆਂ ਨੂੰ ਵੀ ਸੰਤ ਆਏ ਸੀ। ਪਾਪਾ ਕੀ ਚੀਜ਼ ਦੇ ਗਿਆ ਵੇ, ਐਨਾ ਗੱਡੀਆਂ ਬਣਾਇਆ ਕਰੂੰ, ਪੈਸੇ ਬਣਾਇਆ ਕਰੂੰਗਾ, ਪੈਸੇ ਬਣਾ ਕੇ ਫਿਰ ਮੈਂ ਬਣ ਜੂ ਕਲਾਕਾਰ, ਫਿਰ ਆਪਦਾ ਗੀਤ ਕੱਢੂੰਗਾ ਵੇ। ਬੜੇ ਚਿਰਾਂ ਦੀ ਰੀਝ ਆ ਮੇਰੀ, ਉਹੀ ਗੀਤ ਕੱਢੂੰਗਾ ਮੈਂ। ਜੱਟਾ ਤੇਰੀ ਜੂਲਕ ਬੁਰੀ ਆ, ਵੱਟਾ ਘਰ ਦਾ ਮਰ ਜਾਏਗਾ ਤੇ ਜੱਗੇ ਅਰਗੇ ਮੱਚਿਆ ਕਰਨਗੇ। ਬਾਬਾ ਤੇਰਾ ਧੰਨਵਾਦ, ਧੰਨਵਾਦ ਬਾਬਾ ਤੇਰਾ। ਬਣ ਗਈ ਦਿਹਾੜੀ, ਪੁੱਗੇ ਜੋਗੇ ਬਣ ਗਏ, ਖੜਿਆ ਦੋ ਜਣੇ ਉਹਨਾਂ ਕੋਲ ਜਾ ਕੇ ਦੇਖਦੇ ਹਾਂ, ਲੈ ਕੇ ਆਉਣੇ ਆ ਕਰਦੇ ਆ ਬੱਕਰੇ ਜੋਗੇ ਵੀ। ਜੈ ਸੰਤਾਂ ਦੀ, ਜੈ ਸੰਤਾਂ ਦੀ। ਹੋਰ ਬਾਬਾ ਜੀ, ਹੋਰ ਠੀਕ ਹੋ ਬੱਚਾ? ਹਾਂ ਹਾਂ ਠੀਕ ਆ ਬਾਬਾ ਜੀ। ਅੱਜ ਕੋਈ ਜੜੀ ਬੂਟੀ ਦੇ ਦੇਗੇ ਬਾਬੇ ਨਬਜ਼ ਦੇਖ ਕੇ ਰੋਗ ਦੱਸ ਦਿੰਦੇ ਆ। ਬੱਚਾ ਇਹਨੂੰ ਸਿੱਧਾ ਕਰ ਲਾ, ਹੱਥ ਨੂੰ ਹੱਥ ਹੈ ਕਿ ਤੇਰੇ ਦੱਸ ਗੱਡਾ ਮਾਂ ਨੇ ਪੁੱਤਾਂ ਮੋਢੇ ਲਈ ਫਿਰਦਾ। ਕਬਜ਼ ਰਹਿੰਦੀ ਹੈ? ਹਾਂ ਬਾਬਾ, ਬਹੁਤ ਜ਼ਿਆਦਾ। ਸਿਰ ਨੂੰ ਚੜਦਾ, ਸਿਰ ਦੁਖਦਾ ਰਹਿੰਦਾ? ਹਾਂ। ਚੱਕਰ ਆਉਂਦੇ ਆ? ਚੱਕਰ। ਮਗਾ ਬੱਚਾ, ਤੇਜ਼ਾਬ ਤੇ ਗੈਸ ਨੇ ਖਰੂ ਪਾ ਰੱਖਿਆ ਅੰਦਰ। ਹਾਂ ਬਾਬਾ ਜੀ, ਪੈਰਾਂ ਤੋਂ ਲੈ ਕੇ ਇੱਥੋਂ ਲੈ ਕੇ ਨਾ ਜੀ ਇੱਥੋਂ ਤੱਕ ਪਤਾ ਨੀ ਕੀ ਹੋ ਜਾਂਦਾ ਜੀ, ਆਹ ਦਰਦ ਜਿਹਾ ਉੱਠਦਾ ਇੱਕ। ਮੈਂ ਕਹਿਣਾ ਬੱਚਾ, ਤੇਰੇ ਤੇਜ਼ਾਬ ਇੰਨਾ ਬਣਦਾ ਵੀ ਤੇਰੇ ਖੂਨ ਦੀ ਜਗ੍ਹਾ ਤੇਜ਼ਾਬ ਭਜਦਾ ਫਿਰਦਾ। ਹਾਂ ਬਾਬਾ ਜੀ, ਹੱਡ ਪੈਰ ਬਹੁਤ ਦੁਖਦੇ ਆ। ਦੁਖਦੇ ਆ ਬਾਬਾ ਜੀ। ਮੈਂ ਕਹਿਣਾ ਦੁਖਣਾ ਹੀ ਆ ਬੱਚਾ, ਤੇਰੀ ਉਂਗਲ ਵੱਢ ਕੇ ਦੇਖ ਲੈ, ਇੱਥੇ ਖੂਨ ਦੀ ਜਗ੍ਹਾ ਤੇਜ਼ਾਬ ਵਗਣਾ ਸ਼ੁਰੂ ਹੋ ਜਾਣਾ। ਯਕੀਨ ਹੀ ਆ ਤੁਹਾਡੇ ਤੇ? ਮੈਂ ਕਿਹਾ ਬੱਚਾ, ਇਹਦੀਆਂ ਅੱਖਾਂ ਬੋਲਦੀਆਂ, ਆ ਚੰਬ ਤਾਂ ਇਹਦਾ ਮੋਟਾ ਹੋਇਆ ਪਿਆ, ਖਾਂਦਾ ਬਹੁਤ ਆ ਪਰ ਇਹਦਾ ਪੇਟ ਸਾਫ਼ ਨੀ। ਨਾ ਨਾ ਬਾਬਾ ਜੀ, ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਜਮਾਂ ਬਿਲਕੁਲ ਸਹੀ ਨੇ ਬਾਬਾ ਜੀ। ਇੱਥੋਂ ਤੱਕ ਤਾਂ ਅਸੀਂ ਇਹਦੇ ਪਸ਼ੂਆਂ ਵਾਲੇ ਟੀਕੇ ਵੀ ਲਵਾ ਲਵਾ ਦੇਖ ਲਏ। ਪਸ਼ੂ ਤਾਂ ਬਣਿਆ ਪਿਆ ਬੱਚਾ, ਇਹਦਾ ਪੇਟ ਸਾਫ਼ ਹੀ ਨਹੀਂ ਹੁੰਦਾ, ਖਾਂਦਾ ਬਹੁਤ ਆ ਇਹ ਪਰ ਪੇਟ ਸਾਫ਼ ਨਹੀਂ ਹੁੰਦਾ। ਬਾਬਾ ਜੀ, ਆਹ ਪੇਟ ਸਾਫ਼ ਦੀ ਗੱਲ ਸੁਣ ਲਓ, ਤੇ ਤੜਕੇ ਅਸੀਂ ਖੇਤ ਆ ਜਾਂਦੇ ਆ, ਸਾਰਾ ਦਿਨ ਡੱਬਾ ਚੱਕ ਕੇ ਤੁਰਿਆ ਫਿਰਦਾ, ਕੰਮ ਹੀ ਨਹੀਂ ਕਰਦਾ। ਕੀ ਕਰਾਂ ਬਾਬਾ, ਕਿੱਥੋਂ ਬੱਚਾ, ਗੈਸ ਨੇ ਖੌਰੂ ਪਾ ਰੱਖਿਆ ਇਸਨੇ।
ਮੋਟਾਪਾ ਜਿਹੜਾ ਚੜਿਆ ਪਿਆ ਤੇ ਗੈਸ ਵੀ ਬਹੁਤ ਬਣਦੀ ਹੈ, ਇੰਨੀ ਗੈਸ ਬਣਦੀ ਆ ਮੈਂ ਕਹਿਣਾ ਵੀ ਉੱਠਦਾ ਬੈਠਦਾ ਆਉਂਦਾ ਜਾਂਦਾ, ਮੈਂ ਕਹਿਣਾ ਇੱਥੋਂ ਤੱਕ ਵੀ ਖਾਂਦਾ ਪੀਂਦਾ ਵੀ ਇਹ ਪੜ 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 ਕਰਕੇ ਗੈਸ ਛੱਡਦਾ ਰਹਿੰਦਾ ਚਾਰ ਬੰਦਿਆਂ ਚ ਖੜ ਕੇ ਇਹ, ਮੈਂ ਕਹਿਣਾ ਕੀ ਗੱਲਾਂ ਬਾਤਾਂ ਕਰ ਲੂ ਉੱਥੇ, ਪਰਮਾਣੂ ਬੰਬ ਮੰਗੂ ਇਹ ਗੈਸ ਛੱਡੀ ਰੱਖੂਗਾ, ਦੀਵਾਲੀ ਮਨਾਈ ਰੱਖੂ, ਬੱਚਾ ਸ਼ਰਮ ਵਾਲੀ ਗੱਲ ਆ, ਕਰੋ ਬਾਬਾ ਜੀ ਦਾ ਕੋਈ ਉਪਾਅ ਤੁਸੀਂ, ਮੈਂ ਕਹਿਣਾ ਹੱਥ ਕਰ ਦਿੱਤਾ, ਕਮਜ਼ੋਰੀ ਵੀ ਬਹੁਤ ਹੋਈ ਪਈ ਆ ਬਾਬਾ, ਹੱਡ ਪੈਰ ਸਾਰਾ ਹੱਥ ਪੈਰ ਸੁੰਨ ਹੋ ਜਾਂਦੇ ਆ, ਮੈਂ ਕਹਿਣਾ ਬੱਚਾ ਗੈਸ ਤੇ ਤੇਜ਼ਾਬ ਨੇ ਤੈਨੂੰ ਅੰਦਰੋਂ ਕਰਤਾ ਥੋਥਾ ਜਿਵੇਂ ਢੋਲ ਦਾ ਖੋਖਾ, ਇਲਾਜ ਕਰਨਾ ਪਊਗਾ ਨਹੀਂ ਤਾਂ ਖਾਏਗਾ ਵੱਡਾ ਧੋਖਾ ਬੱਚਾ, ਹਾਂ ਬਾਬਾ ਜੀ ਕਰੋ ਇਲਾਜ, ਬਾਬਾ ਜੀ ਮੈਂ ਇਲਾਜ ਕਰਨਾ ਪਊਗਾ ਬੱਚਾ, ਬਾਬਾ ਜੀ ਹੱਡ ਪੈਰ ਸਾਰਾ ਕੁਛ ਸੁੰਨ ਹੀ ਹੋਇਆ ਰਹਿੰਦਾ ਜੀ, ਪਤਾ ਨੀ ਕੀ ਹੋ ਜਾਂਦਾ ਇੱਕੇ ਦਮ, ਮੈਂ ਕਹਿਣਾ ਬੱਚਾ ਇੱਕ ਕੰਮ ਕਰ, ਹਾਂ ਬਾਬਾ ਜੀ ਪਾਣੀ ਵਧਾ ਦੇ ਚਾਹ ਘਟਾ ਦੇ ਤੇ ਕੱਚੀ ਖਾ ਲਾ ਸਬਜ਼ੀ, ਅੱਛਾ ਜੀ ਪੇਟ ਰਹੂਗਾ ਸਾਫ਼ ਤੇ ਦੂਰ ਰਹੂਗੀ ਕਬਜ਼ੀ, ਠੀਕ ਹੈ ਬਾਬਾ ਜੀ ਸੱਤ ਵਜੇ ਐ ਬਾਬੇ ਤੈਨੂੰ ਦਵਾਈ ਦੇ ਕੇ ਜਾਣਗੇ, ਆ ਚੱਕ ਬੱਚਾ ਉੱਠ ਗੋਲਾ, ਉੱਠ ਗੋਲਾ, ਮਹਾ ਬੱਚਾ ਇਹ ਸਾਡੇ ਪ੍ਰਸਿੱਧ ਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਆਪਦੇ ਹੱਥੀ ਉੱਠ ਤੇ ਗੁਰਦੇ ਰਗੜ ਕੇ ਤਿਆਰ ਕੀਤੇ ਹੋਏ ਗੋਲੇ ਆ, ਅੱਛਾ ਬਾਈ ਮਖਿਆ ਬਹੁਤ ਉੱਠਾਂ ਦੇ ਗੁਰਦੇ ਮਖਿਆ ਉਸਨੇ ਸੁਕਾ ਕੇ ਨਚੋੜ ਕੇ ਰਗੜ ਕੇ ਫੇਰ ਤਿਆਰ ਕੀਤੇ ਹੋਏ ਗੋਲੇ ਆ, ਬਹੁਤ ਪਹੁੰਚੇ ਹੋਏ ਬਾਬਾ ਜੀ ਹਰਦੇਵ ਸਿੰਘ, ਆਰਾਮ ਤਾਂ ਹੋਜੂਗਾ ਬਾਬਾ, ਮਖਿਆ ਬੱਚਾ ਤੂੰ ਐਂ ਕਰ ਹੁਣ ਖਾਲਾ ਤੇ ਪੰਜਾਂ ਮਿੰਟਾਂ ਚ ਤੇਰਾ ਪੇਟ ਸੋਡੇ ਕਣਕ ਦੇ ਢੋਲ ਮੰਗੂ ਨਾ ਖਾਲੀ ਹੋਇਆ ਤਾਂ ਬਾਬਿਆਂ ਨੂੰ ਚਮਚਾ ਫੇਰ ਨਾ ਜਾਣੀ, ਤੇ ਬਾਬਾ ਜੀ ਕੀ ਸੇਵਾ ਇਹਦੀ, ਬਸ ਬੱਚਾ ਸੇਵਾ ਕਿਹੜੀ ਆ ਦੇ ਦੋ ਬਸ ਜਿਹੜੀ ਦੇਣੀ ਆ, ਤਾਂ ਵੀ ਬਾਬਾ ਜੀ ਕਿੰਨੇ ਕੁ ਪੈਸੇ ਦੇ ਦੋ ਬਾਈ, ਪੰਜ ਕੁ ਸੌ ਰੁਪਏ ਬਣਦਾ ਬੱਚਾ, ਪੰਜ ਸੌ ਦੇ ਦੋ, ਪੰਜ ਸੌ ਦਾ ਬਾਬਾ ਬਾਲਾ ਮੇਰੇ ਕੋਲ ਤਾਂ ਇੰਨਾ ਹੀ, ਬਾਬਾ ਗਰੀਬ ਬੰਦਾ ਜੀ ਮੈਂ ਤਾਂ ਦਿਹਾੜੀਦਾਰ ਬੰਦਾ ਇਹਦੇ ਕੰਮ ਕਰਦਾ ਜੀ, ਬੱਚਾ ਮੈਂ ਇੱਕ ਸਾਰਾ ਦਿਨ ਧੁੱਪ 'ਚ ਫਿਰਦੇ ਹਾਂ ਇਹਦਾ ਕੀ ਬਾਲਾ, ਪੰਜ ਸੌ ਮੈਂ ਕਹਿੰਦਾ ਪੰਜ ਸੌ ਦੇ ਦੋ, ਬਾਬਾ ਮੇਰੇ ਕੋਲ ਤਾਂ ਹੈ ਨਹੀਂ ਬਾਬਾ, ਚੱਲ ਮੈਂ ਇੰਨਾ ਕਰ ਸਕਦਾ ਜਿੰਨੇ ਮੇਰੀ ਜੇਬ 'ਚ ਪੈਸੇ ਹੋਏ ਮੈਂ ਤੈਨੂੰ ਦੇ ਦਿੰਦਾ, ਨਹੀਂ ਨਹੀਂ ਬੱਚਾ ਇਹ ਬਹੁਤ ਗੁਨਾਹਕਾਰੀ ਚੀਜ਼ ਹੈ, ਬਾਬਾ ਭਲਾ ਕਰੋ ਤੁਸੀਂ ਵੀ ਸੋਚੋ ਗਰੀਬ ਬੰਦਾ ਜੀ ਮੈਂ, ਆ 200 ਰੁਪਿਆ ਬਾਬਾ ਜੀ ਕਰ ਦੋ ਕਿਰਪਾ, ਉਹ ਨਹੀਂ ਨਹੀਂ ਬੱਚਾ ਇਹਦੇ ਨਾਲ ਨਹੀਂ ਸਰਨਾ, ਮੈਂ ਕਹਿਣਾ ਬੱਚਾ ਦੇਖ ਲਓ ਬਾਬਾ ਜੀ ਕਰ ਦੋ ਕਿਰਪਾ ਜੀ, ਕਿਉਂ ਐਵੇਂ ਉਹ ਕਰਦਾ ਮੇਰਾ ਪੇਟ ਸਾਫ਼, ਬੱਚਾ ਮੈਂ ਇਹਦੇ ਨਾਲ ਨਹੀਂ ਸਰਨਾ ਤੂੰ ਮੰਨਿਆ ਕਰ ਮੇਰੀ ਗੱਲ, ਬਾਈ ਤੇਰੇ ਕੋਲ ਹੈਗੀ ਆ, ਸੌ ਰੁਪਈਆ ਬਾਕੀ ਘਰੇ ਪਏ, ਤੜਕੇ ਉੱਠ ਕੇ ਕੱਚੀ ਲੱਸੀ ਨਾਲ ਪੀਣਾ, ਠੀਕ ਆ ਚੰਗਾ, ਹੁਣ ਕਦੋਂ ਮਾਰੋਗੇ ਬਾਬਾ ਜੀ ਗੇੜਾ, ਬਸ ਆਉਂਦੇ ਰਹਿਣਗੇ ਬਾਬੇ, ਮਾਮਾ ਜੀ ਹੋਰ ਵੀ ਪ੍ਰਿੰਟ ਪਿੰਡ ਦੇ ਆਪਣੇ ਮਰੀਜ਼ ਬਹੁਤ ਆ ਗਏ ਤੇ ਮਾੜਾ ਆਉਂਦੇ ਜਾਂਦੇ ਰਹੋ, ਮਰੀਜ਼ ਤਾਂ ਕੋਈ ਗੱਲ ਨਹੀਂ ਬੱਚਾ ਬਾਬਿਆਂ ਦਾ ਗੇੜਾ ਵੱਜਦਾ ਰਹੂ, ਠੀਕ ਆ ਠੀਕ ਆ ਮਾਰਨਾ ਕਰੋ ਬਾਬਾ ਜੀ ਗੇੜਾ, ਮੈਂ ਕਿਹਾ ਕੋਈ ਗੱਲ ਹੀ ਨਹੀਂ ਬੱਚਾ ਆਪਣੇ ਹੀ ਖੇਤ ਆ, ਠੀਕ ਆ ਠੀਕ ਆ ਚੰਗਾ ਬੱਚਾ, ਠੀਕ ਆ ਠੀਕ ਆ ਆਰਾਮ ਕਰ ਲਈ ਹੁਣ ਤੂੰ, ਮੈਂ ਠੀਕ ਆ ਬਾਬਾ ਜੀ ਸੱਤ ਵਜੇ, ਲੈ ਵੀ ਜਗਿਆ ਉੱਠਦਾ ਗੋਲਾ ਦਵਾਤਾ ਹੁਣ ਤੈਨੂੰ ਤੇ ਮੇਰਾ ਬੈ ਕੇ ਪਰਮਾਤਮਾ ਭਲੀ ਕਰਦੇ,
ਲੈ ਵੀ ਚੰਗਾ ਬਣ ਗਿਆ ਮੋਬਾਈਲ ਓ ਨੋ ਬਣ ਗਏ ਬੋਤਲ ਜੋਗੇ ਤੇ ਹੁਣ ਖਿੱਚਦੇ ਗੱਡੀ ਹੋ ਤਾਂ ਚੱਲਦੇ ਆ ਸੰਦੋਹੇ ਵਾਲੇ ਤੇ ਖਾਂਦੇ ਆ ਮੁਰਗਾ ਸੁਰਗਾ ਇਹਨੂੰ ਵੇਚ ਪਰੇ ਬਾਬਾ ਤੇਰਾ ਕਿਹੜਾ ਉੱਠ ਗੋਲਾ ਤੂੰ ਤਾਂ ਮੇਰੇ ਚੱਕਰ ਬਣ ਤੇ ਉਹ ਬਾਈ ਬਲਜੀਤ ਓਏ ਬਚਾਰਾ ਓਏ ਆਏ ਮਾਂ ਮਾਰਤਾ ਆਏ ਤੇਰਾ ਉੱਠ ਲੇਡਾ ਬਾਬਾ ਪਤਾ ਨੀ ਕੀ ਦੇ ਗਿਆ ਆਏ ਬਾਬਾ ਆਏ ਮਾਂ ਬਚਾਰਾ ਅੱਜ ਬਲਜੀਤ ਬਾਈ ਓਏ ਨਿਕਲ ਜਾਗੜੀਆਂ ਨਿਕਲ ਜਾ ਬੁਰਜ ਖਲੀਫਾ ਵੇ ਹਰਦੇਵ ਦਿਖਾਵ ਦੀ ਲੱਸੀ ਦਾ ਕਮਾਲ ਲਹੂ ਨਿਕਲ ਗਿਆ ਵੇ ਕੁਛ ਵੀ ਨੀ ਨਿਕਲਿਆ ਉਹਦਾ ਕਹਿੰਦਾ ਅਸੀਂ ਨੋਟਾਂ ਦੇ ਬੰਡਲ ਨਿਕਲ ਗਏ ਠਾਨੀ ਕਰਦੇ ਖਾਸ ਕੁਛ ਵੀ ਨੀ ਨਿਕਲਦਾ ਇਹਦੇ ਚੋਂ ਤਾਂ ਬੜਾ ਯਾਰ ਬਾਈ ਦਰਦ ਬਹੁਤ ਹੋ ਜਾਂਦਾ ਉਹ ਸਮਝਦਾ ਓਏ ਭਰਾਵਾ ਮੈਨੂੰ ਬਾਬਾ ਦੇ ਗਿਆ ਆਪ ਤਾਂ ਨੀ ਕੀ ਮੰਤਰ ਜਾ ਯਾਰ ਮੈਂ ਤਾਂ 3 ਘੰਟੇ ਹੋ ਗਏ ਇਹਨੂੰ ਰਗੜੀ ਜਾਂਦੇ ਨੀ ਯਾਰ ਬਾਬਾ ਕਹਿੰਦਾ ਰਗੜ ਗਏ ਚੋ ਗੱਡੀ ਨਿਕਲੂ ਮੋਟਰਸਾਈਕਲ ਨਿਕਲੂਗਾ ਘਰ ਨਿਕਲ ਗਏ ਭਰਾਵਾ ਕੁਛ ਵੀ ਨਿਕਲਿਆ ਓਸੇ ਬਾਬੇ ਤੋਂ ਅਸੀਂ ਠੱਗ ਗਏ ਮੇਰਾ 400 ਰੁਪਿਆ ਲੈ ਗਿਆ ਮੇਰਾ ਮੋਬਾਈਲ ਲੈ ਗਿਆ ਓਏ ਮੈਂ ਗਰੀਬ ਬਾਜੀ ਓ ਮੇਰੇ ਤੋਂ ਵੀ 300 ਲੁੱਟ ਕੇ ਲੈ ਗਿਆ ਅੰਦਰ ਦੀ ਦੜੀ ਗਈ ਆ ਉਹ ਹਰਾ ਕੁਹੀ ਲੈ ਗਿਆ ਜੱਗੇ ਹੌਸਲਾ ਰੱਖ ਕੋਈ ਨਾ ਉਹ ਖੜਾ ਹੋ ਬਈ ਇਹ ਜਿਹੜੇ ਬਾਬੇ ਆਏ ਟੱਕਾ ਨਹੀਂ ਇਹਨਾਂ ਦੇ ਪੱਲੇ ਭਰਾਵਾ ਕੋਹ ਨਹੀਂ ਟੱਕਾ ਨਹੀਂ ਇਹਨਾਂ ਦੇ ਪੱਲੇ